ਸਤਿ ਸ੍ਰੀ ਅਕਾਲ ਕਿਸਾਨ ਭਰਾਓ, ਮੈਂ ਤੁਹਾਡਾ ਆਪਣਾ ਸਾਥੀ ਗੁਰਦੀਪ ਸਿੰਘ। ਅੱਜ ਆਪਾਂ ਗੱਲ ਕਰਾਂਗੇ ਮੰਡੀ ਭਾਅ ਦੇ ਬਾਰੇ, ਸਾਰਿਆਂ ਬਾਰੇ। ਪਹਿਲਾਂ ਆਪਾਂ ਰਾਜਸਥਾਨ ਦੀ ਨੌਰ ਮੰਡੀ ਦੇ ਵਿੱਚ ਨਜ਼ਰ ਮਾਰ ਲਈਏ ਕੀ ਅੱਜ ਰੇਟ ਰਿਹਾ। ਰਾਜਸਥਾਨ ਦੀ ਨੌਰ ਮੰਡੀ ਦੇ ਵਿੱਚ ਮੋਠਾਂ ਦਾ ਅੱਜ ਰੇਟ 63 ਰੁਪਏ ਪ੍ਰਤੀ ਕੁਇੰਟਲ ਰਿਹਾ। ਚਨੇ ਦਾ ਜਿਹੜਾ ਰੇਟ ਸੀ ਉਹ 4,930 ਰੁਪਏ ਪ੍ਰਤੀ ਕੁਇੰਟਲ। ਮੂੰਗ ਦਾ ਜਿਹੜਾ ਰੇਟ ਸੀ ਉਹ 6,290 ਰੁਪਏ ਪ੍ਰਤੀ ਕੁਇੰਟਲ। ਸਰ੍ਹੋਂ ਦਾ ਰੇਟ ਸੀ, ਸਰਸੋਂ ਦਾ 7,400 ਰੁਪਏ ਪ੍ਰਤੀ ਕੁਇੰਟਲ। ਗਵਾਰ ਦਾ ਰੇਟ 6,241 ਰੁਪਏ। ਅਰੰਡੀ ਦਾ ਰੇਟ 6,222 ਰੁਪਏ ਪ੍ਰਤੀ ਕੁਇੰਟਲ ਰਿਹਾ। ਆਪਾਂ ਹੁਣ ਗੱਲ ਕਰੀਏ ਸੰਗਰੀਆ ਦੇ ਮੰਡੀ ਦੇ। ਨਰਮਾ ਉੱਥੇ 8,415 ਰੁਪਏ ਵਿਕਿਆ ਅੱਜ। ਤਿਲ ਉੱਥੇ 10,161 ਰੁਪਏ ਵਿਕੇ। ਮੂੰਗ ਉੱਥੇ 5,811 ਰੁਪਏ। ਸਰ੍ਹੋਂ ਦਾ ਉੱਥੇ ਰੇਟ 3,645, ਵਧੀਆ ਰੇਟ ਰਿਹਾ ਸਰਸੋਂ ਦਾ ਅੱਜ। ਗਵਾਰ 6,000 ਰੁਪਏ ਪ੍ਰਤੀ ਕੁਇੰਟਲ। ਸਿਰਸਾ ਮੰਡੀ ਦੇ ਵਿੱਚ ਨਰਮੇ ਦਾ ਰੇਟ 8,376 ਰੁਪਏ। ਕਪਾਸ ਦਾ ਰੇਟ 7,301 ਰੁਪਏ ਪ੍ਰਤੀ ਕੁਇੰਟਲ। ਹਰਿਆਣੇ ਦੀ ਫਤਿਹਾਬਾਦ ਮੰਡੀ ਦੇ ਵਿੱਚ ਨਰਮੇ ਦਾ ਰੇਟ 8,100 ਰੁਪਇਆ। ਕਪਾਸ ਦਾ ਰੇਟ 7,000 ਰੁਪਈਏ। ਆਦਮਪੁਰ ਮੰਡੀ ਦੇ ਵਿੱਚ ਨਰਮਾ 8,170 ਰੁਪਏ ਪ੍ਰਤੀ ਕੁਇੰਟਲ। ਉੱਥੇ ਗਵਾਰ ਦਾ ਰੇਟ 6,105 ਰੁਪਏ ਪ੍ਰਤੀ ਕੁਇੰਟਲ ਰਿਹਾ ਕਿਸਾਨ ਭਰਾਓ। ਬਰਵਾਲਾ ਮੰਡੀ ਦੇ ਵਿੱਚ 8,000 ਰੁਪਏ ਪ੍ਰਤੀ ਕੁਇੰਟਲ। ਉਦੋਂ ਬਾਅਦ ਕਪਾਹ ਦਾ ਰੇਟ 7,361 ਰੁਪਏ ਪ੍ਰਤੀ ਕੁਇੰਟਲ। ਨਰਮੇ ਦੇ ਰੇਟਾਂ ਵਿੱਚ ਕਿਸਾਨ ਭਰਾਓ ਦਿਨੋਂ ਦਿਨ ਗਿਰਾਵਟ ਆ ਰਹੀ ਹੈ। ਇਸ ਉੱਤੇ ਮੈਂ ਪਹਿਲਾਂ ਵੀਡੀਓ ਬਣਾ ਚੁੱਕਿਆ। ਗਵਾਰ ਦਾ ਭਾਅ ਥੋੜ੍ਹਾ ਥੋੜ੍ਹਾ ਤੇਜ਼ੀ ਫੜ ਰਿਹਾ। ਹੁਣ ਸਟਾਰਟਿੰਗ ਦੇ ਵਿੱਚ ਢਿੱਲਾ ਸੀ ਗਵਾਰ, ਹੁਣ ਫਿਰ ਤੇਜ਼ੀ ਬਣਦੀ ਹੋਈ ਨਜ਼ਰ ਆਉਂਦੀ ਹੈ। ਸਰ੍ਹੋਂ ਦੇ ਵਿੱਚ ਲਗਾਤਾਰ ਇਸ ਮੰਥ ਜਿੰਨਾ ਟਾਈਮ ਸਰ੍ਹੋਂ ਨਹੀਂ ਉਹਨਾਂ ਤੇਜ਼ੀ ਬਣਦੀ ਰਹੂਗੀ। ਠੀਕ ਕਿਸਾਨ ਭਰਾਵੋ, ਸਤਿ ਸ੍ਰੀ ਅਕਾਲ ਸਾਰੀ ਵੀਰੋ। ਵੀਡੀਓ ਕਿਵੇਂ ਲੱਗੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ।